ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਵੀ ਮਲੇਰਕੋਟਲੇ ਦੇ ਵਿੱਚ ਬੱਕਰੀਆਂ ਦੀ ਜਿਹੜੀ ਮੰਡੀ ਲੱਗਣੀ ਉਹ ਸ਼ੁਰੂ ਹੋ ਚੁੱਕੀ ਆ ਤੇ ਆਪਾਂ ਬਾਈਆਂ ਤੋਂ ਜਾਣਕਾਰੀ ਲਵਾਂਗੇ ਮੰਡੀ ਬਾਰੇ ਵੀ ਕੀ ਲੋਕੇਸ਼ਨ ਆ ਮੰਡੀ ਦੀ ਤੇ ਕਿਹੜੇ ਦਿਨ ਮਹੀਨੇ 'ਚ ਲੱਗਿਆ ਕਰੂਗੀ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਮੰਡੀ ਦੀ ਪਹਿਲਾਂ ਲੋਕੇਸ਼ਨ ਦੱਸ ਦਿਓ ਜੀ। ਲੁਧਿਆਣਾ ਰੋਡ ਪਿੰਡ ਗੌਂਸਪੁਰਾ ਤਾਰਾ ਕਲੋਨੀ ਦੇ ਮੂਹਰਲੇ ਪਾਸੇ ਕੰਡੇ ਦੇ ਉੱਪਰ। ਕੰਡਾ ਕਿਹੜਾ ਕੀ ਨਾਂ ਹੈ ਜੀ ਕੰਡੇ ਦਾ? ਨੂਰ ਧਰਮ ਕੰਡਾ। ਠੀਕ ਆ। ਇਹਦੇ ਮੰਨ ਕੇ ਚਲੋ ਆਪੋਜਿਟ ਲੱਗਿਆ ਕਰੂ। ਬਿਲਕੁਲ ਨਾਲ ਲੱਗਿਆ ਕਰੂ। ਠੀਕ ਆ। ਇਹਦੇ ਨਾਲ ਤੇ ਪ੍ਰਬੰਧ ਕੀ ਹੋਇਆ ਕਰਨਗੇ ਜੀ ਮੰਡੀ ਦੇ? ਸਾਰੇ ਪ੍ਰਬੰਧ ਹੋਣਗੇ ਇੱਥੇ ਪੂਰੇ, ਖਾਣ ਪੀਣ ਦਾ ਪੂਰਾ, ਖਾਣ ਪੀਣ ਦਾ ਸਭ ਕੁਝ ਲੋਕਾਂ ਨੂੰ ਹੋਊਗਾ। ਠੀਕ ਆ। ਤੇ ਮੰਨ ਕੇ ਚਲੋ ਵੀ ਪਰਚੀ, ਫਿਰ ਪਰਚੀ ਜੋ ਲੋਕਾਂ ਦੀ ਆਮ ਹੋਊ ਉਹੀ ਇੱਥੇ ਲੱਗੂਗੀ, ਲਿਖਾਈ ਲਿਖਾਈ ਹੋਇਆ ਕਰੂਗੀ ਬਸ। ਤੇ ਜਦੋਂ ਮੰਡੀ ਦੇ ਵਿੱਚ ਐਂਟਰ ਕਰਿਆ ਕਰਨਗੀਆਂ ਬੱਕਰੀਆਂ, ਉਦੋਂ ਤਾਂ ਨੀ ਕੋਈ ਪਰਚੀ ਹੁੰਦੀ? ਨਾ ਨਾ, ਕੋਈ ਪਾਸ ਨਹੀਂ ਲੈਣਾ। ਉਦੋਂ ਕੋਈ ਪਰਚੀ ਨੀ? ਨਾ ਨਾ। ਜੇ ਕੋਈ ਵਪਾਰੀ ਮੰਨ ਕੇ ਚੱਲੋ ਦੂਰ ਤੋਂ ਆਉਂਦੇ ਆ ਤਾਂ ਰਹਿਣ ਦਾ ਪ੍ਰਬੰਧ ਹੈ? ਬਿਲਕੁਲ, ਉਹ ਦੇਖੋ ਸਾਹਮਣੇ ਰਹਿਣ ਖਾਤਰ ਉਧਰ ਸ਼ੈੱਡ ਬਣਿਆ ਹੋਇਆ ਨਾ, ਸ਼ੈੱਡ ਬਣਿਆ ਹੋਇਆ ਦੇਣੇ ਸਾਨੂੰ ਬਾਅਦ ਚ ਸ਼ੈੱਡ। ਤੇ ਹੋਰ ਕੋਈ ਗੱਲਾਂ ਵੀ ਨੇੜੇ ਤੇੜੇ ਬੱਕਰੀਆਂ ਛੋਟੇ ਬਹੁਤ ਚੰਗੀਆਂ ਨੇ ਨਾ ਮਲੇਰਕੋਟਲੇ ਦੇ ਸਾਹਿਬ ਕੋਲੇ? ਬੱਕਰੀਆਂ ਦਾ ਗਾੜਾ ਪੂਰਾ ਗਾੜਾ ਸਾਡੇ ਆਲੇ ਦਾ, ਇੱਥੇ ਸੇਲ ਪਰਚੇਜ ਦਾ ਕੰਮ ਬਹੁਤ ਆ ਮਲੇਰਕੋਟਲਾ, ਲੋਕਲ ਬਹੁਤ ਮਾਲ ਖਰੀਦਦਾ ਛੋਟਾ ਪਾਲਣ ਵਾਲਾ। ਮੰਨ ਕੇ ਚਲੋ ਕਾਟੂ ਮਾਲ ਵੀ ਬਹੁਤ ਵਿਕਿਆ ਕਰੂ, ਉੱਥੇ ਬਹੁਤ ਲੱਗਦਾ, ਛੋਟਾ ਪਾਲਣ ਵਾਲਾ ਮਾਲ ਵੀ ਬਹੁਤ ਲੱਗਦਾ। ਠੀਕ ਹੈ। ਇੱਥੇ ਬੱਚਿਆਂ ਦੀ ਡਿਮਾਂਡ ਰਹਿੰਦੀ ਹੈ। ਤੇ ਹੁਣ ਲੁਧਿਆਣਾ ਰੋਡ ਤਾਰਾ ਕਲੋਨੀ ਆ ਮੂਹਰਲੇ ਪਾਸੇ, ਬਿਲਕੁਲ ਕੋਈ ਦਿੱਕਤ ਨਹੀਂ ਆਊ ਕਿਸੇ ਬੰਦੇ ਨੂੰ। ਮੇਨ ਰੋਡ ਤੇ ਉੱਤੇ ਮੰਡੀ ਹੈ, ਮੇਨ ਰੋਡ ਦੇ ਉੱਪਰ। ਹੁਣ ਆਪਾਂ 20 ਦੀ ਅੱਜ ਲੱਗੀ ਆ, ਇਸ ਤੋਂ ਅਗਲੀ ਮੰਡੀ 5 ਨੂੰ ਲਾਵਾਂਗੇ, ਹਰ 20 ਯਾਰ 5 ਨੂੰ ਲਾਇਆ ਕਰਾਂਗੇ। ਠੀਕ ਹੈ। ਮਹੀਨੇ 'ਚ 2 ਦਿਨ ਲੱਗਿਆ? ਮਹੀਨੇ 'ਚ 2 ਦਿਨ। ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਬੰਦੇ, ਕੋਈ ਲੁੱਟਾਂ ਖੋਹਾਂ ਵਾਲਾ ਕੰਮ ਨਹੀਂ ਕਿਸੇ ਨਾਲ, ਬਿਲਕੁਲ ਵੀ ਨਾ ਕਿਸੇ ਨਾਲ ਧੱਕਾ। ਠੀਕ ਹੈ। ਹਾਂ ਬਿਲਕੁਲ। ਤੇ ਹੁਣ ਥਾਂ ਦਿਖਾਈਏ ਆਪਾਂ ਉਹ? ਹਾਂ ਥਾਂ ਦਿਖਾ ਦਿਓ ਬਿਲਕੁਲ। ਚਲੋ ਆ ਜਾਓ ਬਈ, ਹੁਣ ਦਿਖਾਉਂਦੇ ਆ ਵੀ ਜਿੱਥੇ ਵਪਾਰੀ ਵੀਰ ਰਹਿ ਸਕਦੇ ਆ ਕੇ। ਆ ਦੇਖੋ ਬਾਈ, ਮੰਡੀ ਲੱਗਣ ਨੂੰ ਥਾਂ ਇੱਥੇ ਬਹੁਤ ਆ, ਦੇਖੋ ਕਿੰਨਾ ਖੁੱਲਾ ਥਾਂ ਗਾ। ਤੇ ਅੱਜ ਇੱਕ ਗੱਡੀ ਆਈ ਸੀ ਤਾਂ ਕਰਕੇ ਵੀ ਮੰਡੀ ਦੀ ਐਡ ਆ ਜਿਹੜੀ ਉਹ ਕਿਸੇ ਕਾਰਨ ਹੋ ਨਹੀਂ ਸਕੀ ਪਹਿਲਾਂ। ਤੇ ਹੁਣ ਵੱਧ ਤੋਂ ਵੱਧ 5 ਤਰੀਕ ਨੂੰ ਬਾਈ ਇੱਥੇ ਜ਼ਰੂਰ ਪਹੁੰਚੋ, ਜਿੰਨੇ ਵੀ ਵੀਡੀਓ ਦੇਖ ਰਹੇ ਆ। ਤੇ ਇੱਥੇ ਤੁਹਾਨੂੰ ਪਤਾ ਵੀ ਬੱਕਰੀਆਂ ਜਿਹੜੀਆਂ ਚੰਗੀਆਂ ਹੁੰਦੀਆਂ ਨੇ ਮਲੇਰਕੋਟਲੇ ਦੇ ਵਿੱਚ। ਤੇ ਹੁਣ ਤੁਹਾਨੂੰ ਥਾਂ ਦਿਖਾਉਂਦੇ ਆ ਉਹ ਸ਼ੈੱਡ, ਇੱਥੇ ਕਿ ਤੁਸੀਂ ਰਹਿ ਸਕਦੇ ਹੋ ਆ ਕੇ ਜੇ ਦੂਰ ਤੋਂ ਵੀ ਕੋਈ ਆਉਂਦਾ। ਜੇ ਬਾਈ ਕੋਈ ਹੈ ਨਾ ਮਾਲ ਖਰੀਦ ਲੈਂਦਾ ਇੱਥੋਂ, ਹਾਂ ਇੱਥੇ ਰੱਖੇ ਤਾਂ ਇੱਥੇ ਰਹਿ ਵੀ ਸਕਦਾ। ਬਿਲਕੁਲ ਬਿਲਕੁਲ, ਪੂਰੀ ਜ਼ਿੰਮੇਵਾਰੀ ਨਾਲ। ਜਦੋਂ ਕਿਸੇ ਨੇ ਲੈ ਕੇ ਜਾਣਾ ਮੰਨ ਕੇ ਚੱਲੋ, ਇੱਕ ਗੱਡੀ ਦਾ ਮਾਲ ਹੋ ਗਿਆ ਤਾਂ ਟਰਾਂਸਪੋਰਟ ਹੋ ਜੂਗੀ? ਸਭ ਕੁਝ ਨਾਲ ਟਰਾਂਸਪੋਰਟ ਆ, ਨਾਲ ਹੀ ਆ। ਬਿਲਕੁਲ, ਮੈਂ ਸਾਰਾ ਕੁਝ ਕਰਵਾ ਕੇ ਦਊਂਗਾ, ਸਾਰਾ ਕੁਝ ਕਰਾ ਕੇ ਦਵਾਂਗੇ। ਹਾਂ, ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਬੰਦੇ ਨੂੰ ਵੀ ਆਉਂਦੀ। 2 ਦਿਨ ਖੜਾਵੇ, 4 ਦਿਨ ਖੜਾਵੇ, ਜਗ੍ਹਾ ਵਾਧੂ। ਤੇ ਆ ਜਗ੍ਹਾ ਹੈ ਜੀ? ਹਾਂ, ਸਿਮੈਂਟ ਸਟੋਰ ਲੱਗਦਾ ਮੈਨੂੰ। ਹਾਂ, ਪਹਿਲਾਂ ਸਿਮੈਂਟ ਸਟੋਰ ਹੁੰਦਾ ਸੀ। ਠੀਕ ਹੈ, ਲੈ ਅੰਦਰੋਂ ਦਿਖਾ ਦਿੰਦੇ, ਅੰਦਰੋਂ ਵਜਾਵਾਂ ਸਾਫ ਕੀਤਾ ਹੋਇਆ, ਕੋਈ ਖੁੱਲਾ ਥਾਂ ਗਾ, ਕਿੰਨੇ ਮਰਜ਼ੀ ਰਹਿ ਪਿਓ ਆ ਕੇ ਨਾ ਬਈ। ਤੇ ਇੱਥੇ ਰਹਿ ਸਕਦੇ ਹੋ ਤੁਸੀਂ ਆ ਕੇ, ਤੇ ਗੱਡੀਆਂ ਗੁੱਡੀਆਂ ਵੀ ਅੰਦਰ ਹੀ ਖੜ ਜਾਣਗੀਆਂ, ਕੋਈ ਆਏ ਨੀ ਵੀ ਮੀਂਹ ਕਣੀ 'ਚ ਜਾਂ ਕਿਸੇ ਨੂੰ ਕੋਈ ਦਿੱਕਤ ਆਊ। ਆ 2 ਕਮਰੇ ਨੇ ਇੱਧਰ, ਬਾਹਰਲਾ ਵਪਾਰੀ ਆ ਕੇ ਰਹਿਣਾ ਚਾਹੁੰਦਾ ਉਹ ਵੀ ਰਹਿ ਸਕਦਾ, ਚਾਹੇ 2 ਦਿਨ ਰਹੇ 1 ਦਿਨ ਰਹੇ, ਉਹਦਾ ਸਾਰਾ ਪ੍ਰਬੰਧ ਕਰਿਆ ਜਾਊਗਾ। ਪਾਣੀ ਦਾ ਪ੍ਰਬੰਧ ਪੂਰਾ, ਹਾਂ ਪਾਣੀ ਦਾ, ਟੈਂਕੀ ਦਾ, ਸਪਰਸੀਬਲ ਰੋਟੀ ਦਾ ਪ੍ਰਬੰਧ ਹੋਊਗਾ, ਸਾਰੇ ਪ੍ਰਬੰਧ। ਬਾਥਰੂਮ ਆ, ਬਾਥਰੂਮ ਬਣਵਾ ਦਾਂਗੇ ਇੱਥੇ ਵਧੀਆ, ਸਾਰੇ ਪ੍ਰਬੰਧ ਮਿਲਣਗੇ, ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਬੰਦੇ ਨੂੰ ਆਊਗੀ। ਠੀਕ ਆ ਬਾਈ। ਤੇ ਵੱਧ ਤੋਂ ਵੱਧ 5 ਤਰੀਕ ਨੂੰ ਬੱਕਰੀਆਂ ਲੈ ਕੇ, ਹਰ ਮਹੀਨੇ ਦੀ 5 ਤੇ 20 ਨੂੰ ਮੰਡੀ ਲਾਇਆ ਕਰਾਂਗੇ, 2 ਦਿਨ ਲੱਗਿਆ ਕਰੂ ਮਹੀਨੇ। ਤੇ ਵੱਧ ਤੋਂ ਵੱਧ ਵੀਰ ਬਾਈ, ਵਪਾਰੀ ਵੀਰ ਤੇ ਮਾਲ ਖਰੀਦਣ ਵਾਲੇ ਜ਼ਰੂਰ ਪਹੁੰਚਿਓ ਮਲੇਰਕੋਟਲੇ ਦੇ ਵਿੱਚ, ਜਿਹੜੀ ਇਹ ਮੰਡੀ ਆ ਇਹ ਲੱਗਣੀ ਹੁਣ ਸ਼ੁਰੂ ਹੋਇਆ ਕਰੂ। ਇਧਰੋਂ ਕੁੱਪ ਤੋਂ 2 ਕਿਲੋਮੀਟਰ 4 ਕਿਲੋਮੀਟਰ ਆ। ਹਾਂ, ਮਲੇਰਕੋਟਲੇ ਤੋਂ 2 ਕਿਲੋਮੀਟਰ, ਮਲੇਰਕੋਟਲੇ ਦੇ ਲੁਧਿਆਣੇ ਬਾਈ ਪਾਸ ਤੋਂ 2 ਕਿਲੋਮੀਟਰ ਮੇਨ ਰੋਡ ਦੇ, ਮਲੇਰਕੋਟਲੇ ਮੰਨੋ ਮੇਨ ਬਸ ਉੱਥੇ ਆ ਗਿਆ, ਮਲੇਰਕੋਟਲੇ ਹੀ ਆ, ਮਲੇਰਕੋਟਲੇ। ਠੀਕ, ਤਾਰਾ ਕਲੋਨੀ ਦੇ ਮੂਹਰਲੇ ਪਾਸੇ ਸਾਹਮਣੇ। ਬਸ ਲਓ ਵੀ ਲੋਕੇਸ਼ਨ ਤੁਹਾਨੂੰ ਦੱਸਤੀ, ਤੇ 5 ਤਰੀਕ ਨੂੰ ਵੱਧ ਤੋਂ ਵੱਧ ਵੀਰ ਜ਼ਰੂਰ ਪਹੁੰਚਿਓ। ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖੀ ਅੰਡ ਤੱਕ। ਚਾਹੀਦੀ ਮੀਂਹ ਹੋਵੇ ਜੋ ਕੋਈ ਹੋਵੇ ਮੰਡੀ ਲਾਵਾਂਗੇ। ਠੀਕ ਆ, ਮੰਡੀ ਨਹੀਂ ਬੰਦ ਹੁੰਦੀ, ਬੰਦ ਨਹੀਂ ਕਰਨੀ ਹੈਗੀ ਬਿਲਕੁਲ। ਬਸ ਠੀਕ ਹੈ ਜੀ।